ਕਿਤਰਾ ਇਹਦਾ ਮੂੰਹ ਲਿਸ਼ਕਣ ਡਿਆ ਵਾ ਬੱਕਰੀ ਜੀ ਦਾ, ਪਤਾ ਨਹੀਂ ਕਿਹੜੀ ਚਮੜੀ ਦੀ ਬਣੀ ਆ ਇਹ, ਕਾਹ ਵਾ ਪ੍ਰੀਤ ਮਾਰੀ, ਇਹਨੂੰ ਕਿੰਨਾ ਕੁਛ ਖਾਣ ਪੀਣ ਨੂੰ ਅਤੇ ਮੂੰਹ 'ਤੇ ਲਾਉਣ ਨੂੰ ਲਿਆ ਕੇ ਦਿੰਦੀ ਹਾਂ, ਫਿਰ ਵੀ ਇਹਦਾ ਮੂੰਹ ਉੱਦਾਂ ਦਾ ਉੱਦਾਂ ਹੀ ਆ। ਇੱਦਾਂ ਕਰਦੀ ਹਾਂ, ਮੇਰੀ ਸਹੇਲੀ ਤਾਂ ਹੈਗੀ ਆ ਪਾਰਲਰ, ਉਹਦੀ ਸਲਾਹ ਲੈਂਦੀ ਹਾਂ, ਉਹਨੂੰ ਪੁੱਛਦੀ ਹਾਂ। ਇੱਦਾਂ ਚੌੜਾ ਬੂਥਾ ਹੋਇਆ ਖਾ ਖਾ ਕੇ, ਅਜੇ ਕਹਿਣਾ ਇਹਨੂੰ ਕੋਈ ਖਾਣ ਨੂੰ ਨਹੀਂ ਮਿਲਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹਾਂਜੀ ਵਧੀਆ, ਤੁਸੀਂ ਸੁਣਾਓ? ਠੀਕ ਠਾਕ, ਕਿੱਥੇ ਹੋ? ਕਿੱਦਾਂ ਚੱਲਣ ਡਿਆ ਪਾਰਲਰ ਦਾ ਕੰਮ? ਅੱਛਾ, ਮੇਰੀ ਗੱਲ ਸੁਣੋ, ਗਲੋ ਵਾਸਤੇ ਫੇਸ਼ੀਅਲ ਜਿਹੜਾ ਵਾ, ਮਤਲਬ ਕਿੰਨੇ ਕੁ ਤੱਕ ਚੰਗਾ ਹੋ ਜਾਂਦਾ? ਤੁਹਾਡੇ ਫੇਸ ਤੇ ਬੜਾ ਗਲੋ ਹੁੰਦਾ ਵਾ, ਤੁਸੀਂ ਕਿਹੜਾ ਕਰਦੇ ਹੋ? ਅੱਛਾ, ਪਰ ਇੰਨੇ ਪੈਸੇ ਮੇਰੇ ਕੋਲ ਕਿੱਥੋਂ ਆਉਣੇ ਆ, ਇੰਨੇ ਪੈਸੇ ਤਾਂ ਮੈਂ ਦੇ ਨਹੀਂ ਸਕਦੀ। ਮੁਲਤਾਨੀ ਮਿੱਟੀ ਅੱਛਾ, ਚਲੋ ਫਿਰ ਮੈਂ, ਚੱਲ ਮਹਿੰਗਾ ਫੇਸ਼ੀਅਲ ਤੇ ਬਾਅਦ ਚ ਵੇਖੂੰਗੀ, ਪਹਿਲਾਂ ਮੈਂ ਮੁਲਤਾਨੀ ਮਿੱਟੀ ਲਾ ਕੇ ਵੇਹਨੀ ਆ। ਅੱਛਾ ਚੱਲ ਠੀਕ ਆ, ਮੈਂ ਬਾਅਦ ਚ ਕਰੂੰਗੀ। ਇੱਦਾਂ ਕਰਨੀ ਆ, ਮੁਲਤਾਨੀ ਮਿੱਟੀ ਤੇ ਘਰ ਵੀ ਪਈ ਆ, ਹੁਣ ਕਦੀ ਵਰਤੀ ਨਹੀਂ ਆ, ਇਹ ਲਾ ਕੇ ਵੇਹਨੀ ਆ, ਉਹਦੇ ਪ੍ਰੀਤ ਨੂੰ ਵੀ ਲਾ ਕੇ ਦਿੰਦੀ। ਸੁਣੀ ਵੇਲਾ ਮਰ ਗਿਆ, ਸੁਣੀ ਆਰਟੀਕਲਸ ਡਰਟਮੀਨਰ ਅਨੋਮਿਸ ਕੀ ਬੋਲਣ ਡਈ ਆ? ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਣ ਡਈ, ਤੂੰ ਤਾਂ ਵਰਡਿੰਗ ਵੀ ਬਹੁਤ ਗਲਤ ਬੋਲਣ ਡਈ ਆ। ਰੁਕ ਜਾ ਰੁਕ ਜਾ, ਮੇਰੀ ਗੱਲ ਸੁਣ, ਪ੍ਰੋ ਪਹਿਲਾਂ ਚੰਗੀ ਤਰ੍ਹਾਂ ਆ ਪੜ੍ਹ, ਯਾਰ ਲਿਖਿਆ ਕੀ ਆ?
ਤੇ ਪੜੇ ਆਈ ਆ ਤੇ ਤਾਂ ਹੀ ਤੈਨੂੰ ਸੁਣਾਉਣ ਡਈ ਆ। ਇੱਕ ਗਲਤ ਹੋ ਗਿਆ ਤੇ ਫਿਰ ਕੀ ਹੋਇਆ? ਗਾੜੀ ਸੁਣ ਤੇ ਸਹੀ, ਰੁਕ ਜਾ ਸੁਣ ਲੈ। ਪ੍ਰੋਪਰਟੀ ਪ੍ਰੋਮ ਪੋਜੈਸਿਵ ਆ। ਆਹੋ ਪੋਜੈਸਿਵ ਆ। ਇੱਕ ਇੱਕ ਤਿੰਨ ਦਾਦੀ ਰੁਕ ਜਾ ਸੀ ਏ ਡਬਲ ਡੀ ਕੀ ਹੋਇਆ? ਨੋਮਰੀਕਲ ਵਾ। ਹਾਂ ਨੋਮੀਕਲ। ਰੁਕ ਜਾ ਗਾੜੀ, ਇੱਕ ਹੋਰ ਰਹਿ ਗਿਆ, ਇੱਕ ਹੀ ਰਹਿ ਗਿਆ ਨਾ ਵੇਲੇ, ਚਾਰ ਆ ਗਏ ਨਾ ਮੈਨੂੰ। ਤੂੰ ਆਹ ਵੀ ਗਲਤ ਸੁਣਾਏ ਆ, ਤੂੰ ਚੰਗੀ ਤਰ੍ਹਾਂ ਸਪੈਲਿੰਗ ਨਹੀਂ ਯਾਦ ਕਰਨ ਡਈ ਤੇ ਆਹ ਤੇਰੇ ਕੋਲ ਆਈਓ ਹੀ ਨਹੀਂ ਯਾਦ ਹੋਣ ਡੇ। ਆਹ ਨਿੱਕੇ ਨਿੱਕੇ ਤੇ ਹੈਗੇ ਆ, ਬਸ ਆਹ ਜਿਹੜੇ ਤੇਰੇ ਦੋ ਵਾ ਨਾ ਆਹ ਵੱਡੇ ਵਾਲੇ ਵਰਡ ਆਹ ਵਾਲੇ, ਇਹ ਚੰਗੀ ਤਰ੍ਹਾਂ ਯਾਦ ਕਰ। ਚਾਰ ਪੰਜ ਵਾਰੀ ਮੈਂ ਪ੍ਰੀਤੀ ਤੇਰੇ ਕੋਲ ਅੱਗੇ ਸੁਣ ਲਿਆ ਵਾ, ਤੂੰ ਮੈਨੂੰ ਵੀ ਨਹੀਂ ਲੱਗੇ ਪੜਨ ਦੇਣ ਡੀ। ਆ ਤੇਰੇ ਤੇ ਨਿੱਕੇ ਨਿੱਕੇ ਆ, ਇੱਧਰ ਵੇ ਕਿਹੜੇ ਕਿਹੜੇ ਵੱਡੇ ਲੌਂਗ ਕੁਸ਼ਚਨ ਆਨਸਰ ਆ, ਮੈਂ ਵੀ ਸਵੇਰੇ ਟੈਸਟ ਦੇਣਾ ਵਾ। ਬਹੁਤ ਹੀ ਏਦਾਂ ਨਾ ਤੂੰ ਮਾਣ ਹੰਕਾਰ ਕਰਨ ਡੈ ਪਈ ਆ। ਜੇ ਤੈਨੂੰ ਇਹੀ ਕਹਿਤਾ ਸੀ ਨਾ ਕਿ ਸੁਣ ਲਾ, ਫਿਰ ਕੀ ਹੋਣਾ ਸੀ? ਗਾੜੀ ਤੂੰ ਮੈਨੂੰ ਕਿੰਨੀਆਂ ਗੱਲਾਂ ਸੁਣਾ ਦਿੱਤੀਆਂ ਵਾ, ਤੇਰੇ ਲੌਂਗ ਕੁਸ਼ਚਨ ਆ ਤੇ ਮੇਰੇ ਲੌਂਗ ਕੁਸ਼ਚਨ ਨਹੀਂ ਹੁੰਦੇ, ਮੈਂ ਯਾਦ ਨਹੀਂ ਕਰਦੀ ਹੈਗੀ ਵੀ। ਬਾਰ ਬਾਰ ਤੂੰ ਤੇ ਕਹਿਣ ਡੀ ਆ ਕਿ ਮਿੰਟ ਮਿੰਟ ਬਾਅਦ ਮੈਂ ਤੈਨੂੰ ਸੁਣਾਵਾਂ, ਚੰਗੀ ਤਰ੍ਹਾਂ ਪਹਿਲਾਂ ਯਾਦ ਕਰ ਤੇ ਫਿਰ ਤੂੰ ਮੈਨੂੰ ਸੁਣਾ ਵੀ ਦੇਈ। ਹੁਣ 5-6 ਵਾਰੀ ਮੈਂ ਤੇਰੇ ਕੋਲ ਉਦਾਂ ਸੁਣ ਲਿਆ, ਯਾਦ ਤੇ ਤੇਰੇ ਕੋਲ ਹੋਏ ਨਹੀਂ ਉਦੋਂ ਦੇ। ਯਾਦ ਚੰਗੇ ਭਲੇ ਹੋ ਗਏ, ਹੁਣ ਜੀ ਇੱਕ ਦੋ ਗਲਤ ਹੋ ਗਿਆ ਤੇ ਤੂੰ ਡੈ ਪਈ ਆ ਬੋਲਣਾ। ਇਹ ਆਪਣਾ ਉਹਦਾ ਚੋਣ ਕਹਿੰਦੀ ਆ ਤੂੰ ਕਿ ਮੈਨੂੰ ਜ਼ਿਆਦਾ ਪੜ੍ਹਨਾ ਆਉਂਦਾ, ਇਹਨੂੰ ਤਾਂ ਪੜ੍ਹਨਾ ਹੀ ਕੱਖ ਨਹੀਂ ਆਉਂਦਾ, ਫਿਰ ਕੀ ਹੋਇਆ ਜੇ ਮੇਰਾ ਇੰਗਲਿਸ਼ 'ਚ ਮੈਂ ਮਾਸਾ ਵੀਕ ਵਾਂ? ਤੇ ਮੈਂ ਤੈਨੂੰ ਕਦੋਂ ਆਖਿਆ ਕਿ ਤੂੰ ਵੀਕ ਆ ਤੇ ਤੈਨੂੰ ਪੜ੍ਹਨਾ ਨਹੀਂ ਆਉਂਦਾ? ਐਵੇਂ ਗੱਲਾਂ ਨਾ ਬਣਾਈ ਜਾ, ਤੇਰੀ ਮੰਮੀ ਨੇ ਸੁਣ ਲਿਆ ਤੇ ਹੁਣ ਉਹਨੇ ਮੇਰੇ ਦੁਆਲੇ ਹੋ ਜਾਣਾ। ਤੂੰ ਚਾਹੁੰਦੀ ਆ ਕਿ ਇਹ ਵੀ ਨਾ ਪੜ੍ਹੇ? ਮੈਂ ਕਿਹੜੀ ਗੱਲਾਂ ਚਾਹੁੰਦਾ ਵਾਂ ਕਿ ਤੂੰ ਨਾ ਪੜ੍ਹੇ? ਤੈਨੂੰ ਮੈਂ ਇੰਨਾ ਹੀ ਕਿਹਾ ਸੀ ਕਿ ਸੁਣ ਲਾ, ਆਪਣੇ ਵਾਰੀ ਤੇ ਮੈਂ ਤੇਰੇ ਨਾਲ ਸਾਰਾ ਸਾਥ ਦਿੰਦੀ ਹਾਂ, ਜਿੱਦਾਂ ਵੀ ਤੂੰ ਕਵੇ ਮੈਂ ਨਹੀਂ ਤੇਰੇ ਆਖੇ ਲੱਗਦੀ ਹੈਗੀ। ਬਹੁਤ ਤੂੰ ਮੇਰਾ ਸਾਥ ਦਿੰਦੀ ਆ ਕਿ ਜੇ ਮੈਂ ਹੁਣ ਤੈਨੂੰ ਕੋਈ ਸੱਚੀ ਗੱਲ ਕਹੀ ਨਾ ਤੇ ਤੂੰ ਔਖੀ ਬੜੀ ਹੋਣਾ ਗਾੜੀਓ। ਤੂੰ ਦੱਸ ਹੀ ਦੇ ਹਾਂ ਕਿਹੜੀ ਗੱਲਾਂ ਮੈਂ ਔਖੀ ਹੋਣਾ, ਹੁਣ ਬੋਲ। ਪਤਾ ਨਾ ਹੁਣ ਕੋਈ ਗੱਲ ਨਹੀਂ ਹੈਗੀ ਵੀ। ਗੱਲਾਂ ਤਾਂ ਮੇਰੇ ਕੋਲ ਹੈਗੀਆਂ ਪਰ ਮੈਂ ਬੋਲ ਨਹੀਂ ਨਾ ਸਕਦੀ ਕਿਉਂਕਿ ਤੇਰੇ ਪਿੱਛੇ ਸਪੋਰਟ ਬੜੀ ਤਕੜੀ ਆ ਤੇ ਮੇਰੇ ਕੋਈ ਸਪੋਰਟ ਨਹੀਂ ਹੈਗੀ। ਬਸ ਇਹੋ ਜਿਹੀਆਂ ਗੱਲਾਂ ਕਰਕੇ ਨਾ ਆਪਣੇ ਆਪ ਨੂੰ ਬੜੀ ਤੂੰ ਕਹਿ ਦਿੰਦੀ ਆ ਕਿ ਮੈਂ ਬੜੀ ਸ਼ਰੀਫ ਜੀ, ਮੈਂ ਬੜੀ ਭੋਲੀ ਜੀ ਆ। ਭੈਣਾ ਆਵੇ ਹੱਥ ਜੋੜੇ ਮੈਂ ਤੇਰੇ ਗਾੜੀ, ਮੈਂ ਨਹੀਂ ਸ਼ਰੀਫ ਸ਼ਰੂਫ ਚੰਗਾ, ਮੈਨੂੰ ਪੜ੍ਹ ਲੈਣ ਦੇ, ਹੱਥ ਜੋੜੇ ਜਾ ਉੱਥੇ ਵੱਖਰੀ ਹੋ ਕੇ ਪੜ੍ਹ ਲਾ, ਨਾ ਪੜ੍ਹਨ ਦੀ ਨਾ ਪੜ੍ਹਨ ਦੇਣ ਦੀ ਆ, ਬਹਿ ਗਈ ਲੱਗੇ ਸਿਰ ਖਾਣ ਵਾਸਤੇ ਮੇਰਾ। ਆਹੋ ਸਿਰ ਖਾਣ ਵਾਸਤੇ ਮੈਂ ਹੀ ਪੈ ਗਈ ਗਾੜੀ, ਤੇ ਤੂੰ ਬੜਾ ਪਹਿਲੇ ਨੰਬਰ ਤੇ ਟੋਪ ਕਰਨਾ ਨਾ ਪੰਜਾਬ ਦੇ ਵਿੱਚੋਂ। ਸੜੀ ਜੀ ਜਿੱਦਣ ਇਹਦੀ ਮਾਂ ਨੂੰ ਮੌਕਾ ਨਹੀਂ ਨਾ ਮਿਲਦਾ ਉਦਣ ਇਹਦੀ ਧੀ ਕਸਰ ਪੂਰੀ ਕਰ ਲੈਂਦੀ ਆ। ਵੇਖ ਆਪਣੇ ਟੋਰ ਕੱਢਣ ਦਾ ਪਤਾ ਤੁਹਾਨੂੰ ਤੇ ਬਸ। ਹਾਂ ਹੋ ਗਈ ਪੜ੍ਹਾਈ? ਹੋ ਗਈ ਆ। ਟੋਰ ਕੀ ਕੱਢਣਾ ਵਾ, ਚਿਹਰੇ ਦਾ ਨਾ ਗਲੋ ਜਿਹਾ ਮਰ ਗਿਆ ਵਾ। ਮੇਰੀ ਗੱਲ ਸੁਣ, ਕੁੜੀਆਂ ਆਪਣੇ ਸੌੜ ਪੂੜ ਕਰਦੀਆਂ ਵਾ, ਤੈਨੂੰ ਤੇ ਮਾਸਾ ਨਹੀਂ ਹੈਗਾ, ਉਹਦਾ ਵੇਖ ਲਾਗੇ ਤਾਕੀ ਜਿੱਡਾ ਮੂੰਹ ਕਿੱਦਾਂ ਲਿਸ਼ਕਣ ਡਿਆ ਵਾ। ਪੁੱਛਣਾ ਸੀ ਉਹਨੂੰ ਕੀ ਲਾਉਂਦੀ ਆ? ਸੱਤਾ ਚੁੱਲ੍ਹਿਆਂ ਦੀ ਸਵਾਹ ਲਾਉਂਦੀ ਜੇ। ਹਾਏ ਹਾਏ ਨਹੀਂ ਤਪੀ ਕਿਉਂ ਫਿਰਨ ਡਈ ਆ? ਤਪੀ ਕਿਉਂ ਫਿਰਨ ਡਈ? ਚੰਗਾ ਭਲਾ ਤਾਂ ਤੁਹਾਨੂੰ ਪਤਾ ਵਾ 24 ਘੰਟੇ ਤੋਂ ਤੁਹਾਡੇ ਸਾਹਮਣੇ ਰਹਿੰਦੀ ਆ, ਮੇਰੇ ਨਾਲੋਂ ਵੱਧ ਤੁਹਾਡੇ ਲਾਗੇ ਰਹਿੰਦੀ ਆ, ਤੁਹਾਨੂੰ ਤਾਂ ਵੀ ਨਹੀਂ ਪਤਾ ਹੈਗਾ ਕਿ ਉਹ ਲਾਉਂਦੀ ਕੀ ਆ। ਛੱਡ ਦੇ ਗੱਲਾਂ, ਨਹਾਉਣ ਲੱਗੀ ਬਾਥਰੂਮ 'ਚ ਵੜ ਕੇ ਜ਼ਰੂਰ ਲੇਪ ਲੂਪ ਲਾਉਂਦੀ ਹੋਊ ਕਾਹੇ ਦਾ। ਜਾਣ ਦਿਓ ਐਵੇਂ ਵਹਿਮ ਪਾਈ ਫਿਰਦੇ ਜੇ, ਇੰਨੀ ਤੁਸੀਂ ਉਹਦੇ ਕੁੱਤੇ ਖਾਣੀ ਕਰਦੇ ਰਹਿੰਦੇ, ਅਜੇ ਵੀ ਉਹਨੇ ਲੇਪੂ ਲੂਪੂ ਲਾਉਣੇ ਆ ਭਲਾ, ਤੁਹਾਡੇ ਬਾਅਦ ਇੱਥੇ ਪਤਾ ਨਹੀਂ ਦਿਨ ਕਿੱਦਾਂ ਕੱਢਣ ਡਈ ਆ। ਤੂੰ ਰਹਿ ਨਾ ਭੋਲੀ ਦੀ ਭਾਲੀ, ਦਿਨ ਕਿੱਦਾਂ ਕੱਢਣ ਡਈ? ਅਗਲੀ ਨੇ ਖਾ ਖਾ ਕੇ ਲਿਸ਼ਕ ਦਾ ਮੂੰਹ ਐਡਾ ਕੀਤਾ ਤੇ ਤੂੰ ਸੜ ਸੜ ਕੇ ਆਪਣਾ ਲਹੂ ਅੱਧਾ ਅੱਧਾ ਸਾੜ ਲੈਣਾ ਵਾ,
ਚੱਲ ਇੱਧਰ ਆ, ਤੇਰੇ ਵੀ ਲਾ ਕੇ ਦਵਾਂ। ਮੈਂ ਨਹੀਂ ਕੁਛ ਵੀ ਲਵਾਉਣਾ ਲਵਾਉਣਾ ਮੂੰਹ ਨੂੰ। ਆ ਚੁੱਪ ਕਰਕੇ ਇੱਧਰ ਆ ਜਾ, ਸਿੱਧੀ ਹੋ ਕੇ ਬਹਿ, ਚਪੇੜ ਖਾਏਂਗੀ ਇੱਕ ਆਪਣੇ ਆਪ ਤੇ, ਕੋਈ ਕਰਨਾ ਨਹੀਂ ਹੈ ਜੇ ਕਹੋ ਤੇ ਫਿਰ। ਉਹਦਾ ਪ੍ਰੀਤੀ ਤੂੰ ਮੰਨ ਤੇ ਭਾਵੇਂ ਨਾ ਮੰਨ, ਸਾਰਾ ਦਿਨ ਅਗਲੀ ਰਸੋਈ 'ਚ ਵੜੀ ਰਹਿੰਦੀ ਆ, ਕੀ ਪਤਾ ਲੁਕ ਲੁਕ ਕੇ ਕੀ ਖਾਂਦੀ ਪੀਂਦੀ ਰਹਿੰਦੀ ਆ। ਉੱਦਾਂ ਵੀ ਉਹਨੂੰ ਦੁੱਧ ਤੋਂ ਮਲਾਈ ਖਾਣ ਦੀ ਬੜੀ ਆਦਤ ਵਾ, ਤੇਰੇ 'ਚ ਤਾਂ ਇੱਦਾਂ ਦੀਆਂ ਗੱਲਾਂ ਹੈ ਹੀ ਨਹੀਂ ਆ। ਨਿਆਣੇ ਤਾਂ ਖੋਹ ਖਾ ਕੇ ਖਾ ਲੈਂਦੇ, ਤੈਨੂੰ ਤਾਂ ਬਸ ਚੀਜ਼ ਕੱਟ ਕੇ ਪਲੇਟ 'ਚ ਪਾ ਕੇ ਹੱਥ 'ਚ ਫੜਾ ਦਿਓ ਤਾਂ ਖਾ ਲਿਆ ਨਹੀਂ ਆ, ਨਹੀਂ ਤਾਂ ਨਹੀਂ। ਮੰਮੀ ਸੱਚੀ ਮਲਾਈ ਖਾਣਾ ਰੰਗ ਚਿੱਟਾ ਹੁੰਦਾ ਵਾ, ਅਤੇ ਹੋਰ ਕੀ ਆ, ਲੋਕ ਸੌ ਹੋਰ ਪੁਰ ਕਰਦੇ। ਤੁਹਾਨੂੰ ਮੈਂ ਦੱਸਣ ਤਾਂ ਡਈ ਹਾਂ ਵੀ ਬਾਥਰੂਮ 'ਚ ਨਹਾਉਣ ਲੱਗੀ ਜ਼ਰੂਰ ਕੁਛ ਨਾ ਕੁਛ ਲਾਉਂਦੀ ਹੋਊਗੀ, ਵੇਖਿਆ ਨਹੀਂ ਉਹਦਾ ਮੂੰਹ ਕਿੱਦਾਂ ਲਿਸ਼ਕਦਾ ਵਾ, ਕਿੱਦਾਂ ਵੇਖੀ ਕਿਤੇ ਧਿਆਨ ਨਾਲ ਗੌਰ ਨਾ, ਅਤੇ ਆਪਣੀ ਬੂਥੀ ਵੇਖੀ, ਅੱਧਾ ਕੁ ਅੱਧਾ ਖੂਨ ਸਾਰ ਲੈਣਾ ਵਾ, ਅੱਧਾ ਕੁ ਪੜ੍ਹਾਈ ਦਾ ਬੋਝ ਜੇ ਵੋ। ਮੰਮੀ ਕੀ ਆ ਤੁਸੀਂ ਬੂਟੀ ਬੂਟੀ ਕਰਦੇ ਰਹਿੰਦੇ ਹੋ, ਸੋਹਣਾ ਤਾਂ ਹੈਗਾ ਫਿਰ ਵੀ ਮੇਰਾ ਮੂੰਹ। ਉਹਦੇ ਲਾਗੇ ਵੇਖੀ ਹਾਂ, ਸ਼ੀਸ਼ਾ ਲੈ ਕੇ ਕਿਤੇ ਵੇਖੀ, ਲਾਗੇ ਬੈਠੀ ਹੋਊ ਤੇ ਆਨੇ ਬਾਨੇ। ਉਹ ਮੰਮੀ ਤੂੰ ਐਵੇਂ ਮੈਨੂੰ ਹੀ ਤਾਂ ਕਹਿੰਦੀ ਰਹਿੰਦੀ ਆ, ਮੈਂ ਉਹਦੇ ਨਾਲ ਨਾ ਕਈ ਹਿੱਸੇ ਜ਼ਿਆਦਾ ਸੋਹਣੀ ਹਾਂ। ਨੈਨਕ ਜੀ ਪਤਾ ਕਿੰਨੇ ਸੋਹਣੇ ਆ ਮੇਰੇ, ਉਹ ਕੀ ਆ ਬੀਬੀ ਜੀ ਲੱਗਦੀ ਰਹਿੰਦੀ, ਭੈਣ ਜੀ ਫਿਗਰ ਫੁਗਰ ਵੀ ਹੋਣੀ ਚਾਹੀਦੀ ਆ, ਉਹ ਕਿੱਦਾਂ ਦੀ ਆ? ਆਹ ਉਹ ਸੋਹਣੀ ਤੇ ਮੇਰੀ ਧੀ ਲੱਖਾਂ 'ਚੋਂ ਇੱਕ ਵਾ, ਰੱਜ ਕੇ ਰੂਪ ਦਿੱਤਾ ਤੈਨੂੰ ਰੱਬ ਨੇ, ਪਰ ਫਿਰ ਵੀ ਨਾ ਉਹਦੇ ਚਿਹਰੇ ਤੇ ਗਲੋ ਬੜਾ ਵਾ। ਧਿਆਨ ਨਾ ਵੇਖੀ, ਤੁਸੀਂ ਦੋਵੇਂ ਜਾਣੀਆਂ ਬੈਠੀਆਂ ਸੀ ਨਾ ਤੇ ਮੈਂ ਵੇਖਣ ਰਹੀ ਸੀ ਨਾ, ਉਹ ਰੰਗ ਚਮਕਣ ਨਾਲ ਥੋੜਾ ਜ਼ਿਆਦਾ ਗੱਲ ਬਣ ਜਾਂਦੀ ਆ, ਐਵੇਂ ਤੁਹਾਨੂੰ ਪਤਾ ਪੁਤਾ ਹੈ, ਆਪ ਨੂੰ ਨਹੀਂ ਲੱਗਦਾ ਕੱਖ ਵੀ। ਚੱਲ ਠੀਕ ਆ ਬਾਬਾ, ਲਾਤੀ ਆ ਨਾ ਤੇ ਹੁਣ ਅੱਧਾ ਘੰਟਾ ਬੋਲਣਾ ਨਹੀਂ ਆ, ਅੱਧੇ ਘੰਟੇ ਬਾਅਦ ਸਾਦੇ ਪਾਣੀ ਨਾਲ ਮੂੰਹ ਧੋ ਲਈ। ਮੂੰਹ ਤੇ ਗਲੋਸ ਖੇ ਤੇ ਸਵਾਹ ਹੋਣਾ ਵਾ, ਪਹਿਲਾਂ ਤੇ ਤੂੰ ਮੈਨੂੰ ਸਾੜ ਦਿੱਤਾ ਉਹਦੇ ਬਾਰੇ ਦੱਸ ਦੱਸ ਕੇ। ਹਾਂ ਮੈਂ ਮਰ ਜਾਂ, ਕਿੱਦਾਂ ਦੋਵੇਂ ਮਾਵਾਂ ਧੀਆਂ ਨਾ ਮੂੰਹ ਲਿਪ ਕੇ ਬੈਠੀਆਂ ਵਾਂ, ਮੇਰਾ ਅੰਤਰਾ ਸਿਰ ਖੁਰਕਣ ਨਹੀਂ ਹੁੰਦਾ, ਇੰਨਾ ਕੰਮ ਵਾ, ਇਹਨਾਂ ਨੂੰ ਕੋਈ ਫਿਕਰ ਹੀ ਹੈ ਨਹੀਂ ਆ। ਸਿਆਣੇ ਤਾਂ ਆਉਂਦੇ ਹੁੰਦੇ ਆ, ਆਹ ਵਾਢੀਆਂ ਤਾਂ ਦੇਣ ਵਾ, ਕਿਸੇ ਦੀ ਮਾਈ ਮਰ ਜੇ ਨਾ ਤਾਂ ਭੜੋਲੇ 'ਚ ਪਾ ਲਓ ਜੀ, ਬਾਅਦ 'ਚ ਫੂਕਾਂਗੇ, ਉਹਨਾਂ ਦਾ ਵੀ ਨਹੀਂ ਟਾਈਮ ਹੁੰਦਾ ਫੂਕਣ ਦਾ, ਪਰ ਇਹਨਾਂ ਨੂੰ ਕੋਈ ਫਿਕਰ ਹੀ ਹੈ ਨਹੀਂ ਆ, ਮਾਂ ਕੇ ਜੇ ਬੈਠੀਆਂ ਰਮਾਨ ਨਾ। ਚਲੋ ਕੰਮ ਤਾਂ ਉਹਨੇ ਵਿਚਾਰੀ ਨੇ ਕਰਨਾ, ਦੂਜੀ ਨੇ ਉਹਨੂੰ ਹੀ ਫਿਕਰ ਆ ਭੜੋਲੇ 'ਚ ਦਾਣੇ ਕੱਢਣ ਦਾ, ਪਾਉਣ ਦਾ, ਪੀਣ ਕਰਨ ਦਾ, ਇਹਨਾਂ ਨੂੰ ਕੀ ਆ, ਇਹਨਾਂ ਨੇ ਤਾਂ ਪੱਕੀਆਂ ਪਕਾਈਆਂ ਮਿਲ ਜਾਣੀਆਂ ਵਾ, ਖਾ ਲੈਣੀਆਂ ਵਾ, ਕੋਈ ਫਿਕਰ ਫਾਕਾ ਹੀ ਨਹੀਂ ਹੈਗਾ, ਐਡੀਆਂ ਵਿਹਲੀਆਂ ਕਿਤੇ ਸ਼ਰਮ ਹੀ ਲਾ ਛੜੀ ਦੋਵਾਂ ਮਾਵਾਂ ਧੀਆਂ ਨੇ। ਪ੍ਰੀਤ ਨੀ ਪ੍ਰੀਤ ਇੱਧਰ ਆ, ਮੇਰੀ ਗੱਲ ਸੁਣ। ਹਾਂਜੀ ਇਹ ਦੱਸ ਵੀ ਜੀਤਾ ਨੇ ਕਿਹਾ ਕੀ ਤੈਨੂੰ ਕੱਲ੍ਹ, ਮੈਨੂੰ ਤੂੰ ਪੂਰੀ ਗੱਲ ਦੱਸੀ ਨਹੀਂ ਚੰਗੀ ਤਰ੍ਹਾਂ। ਲੈ ਉੱਦਣ ਚੰਗਾ ਭਲਾ ਤਾਂ ਮੈਂ ਦੱਸ ਦਿੱਤਾ ਜਿਹੜੀਆਂ ਇਹਨੇ ਗੱਲਾਂ ਕੀਤੀਆਂ ਸੀ। ਫਿਰ ਵੀ ਤੂੰ ਨਿਰਖਣਾ ਪੂਰੀ ਗੱਲ ਨਾ ਮੁੜ ਕੇ ਮੇਰੇ ਲਾਗੇ ਬੈਠੀ ਅਤੇ ਨਾ ਮੈਨੂੰ ਦੱਸੀ ਵੀ ਕਹਿੰਦੇ ਕਿ ਇਹਨੂੰ ਕੀ ਖਿਆਈ ਵਿੱਚ ਕੰਮ ਕਰਨ ਦੀ। ਕਹਿੰਦੀ ਇਹੋ ਸੀ ਕਿ ਸਾਰੀ ਦਿਹਾੜੀ ਤੇ ਇੱਕੋ ਹੀ ਕੰਮ ਕਰਾਉਂਦੇ ਰਹਿੰਦੇ ਆ ਅਤੇ ਤਾਂ ਤੇਰੀ ਵੀ ਬੇਇੱਜ਼ਤੀ ਵੀ ਕਰੀ ਜਾਂਦੀਆਂ ਵਾ, ਧੰਨ ਆ ਤੂੰ ਜਿਹੜੀ ਇਹਨਾਂ ਕੋਲ ਰਹੀ ਜਾਂਦੀ ਆ, ਜੇ ਕਿਤੇ ਕਹਿੰਦੀ ਮੈਂ ਹੁੰਦੀ ਨਾ ਤੇਰੀ ਥਾਂ 'ਤੇ ਇੱਕ ਵਾਰੀ ਦੱਸ ਪਤਾ ਦੇਣਾ ਸੀ, ਇਹਨਾਂ ਨੂੰ ਦਿਨੇ ਤਾਰੇ ਖਾ ਲੈਣੇ ਸੀ ਮਾਵਾਂ ਧੀਆਂ ਨੂੰ। ਅੱਛਾ ਆਹੋ ਕਹਿਣਾ ਸੀ ਜੇ ਤੈਨੂੰ ਬਹੁਤਾ ਹੇਜ ਆਉਂਦਾ ਵਾ ਤੇ ਤੂੰ ਆ ਜਾ ਉਹਦੀ ਜਗ੍ਹਾ 'ਤੇ, ਤੂੰ ਕੰਮ ਕਰਕੇ ਵੇਖ ਲਾ। ਹਾਂ ਤਾਂ ਨਹੀਂ ਮੈਂ ਗੱਲ ਕਹੀ, ਪਰ ਮੈਂ ਇਹ ਗੱਲ ਕਹੀ ਸੀ ਕਿ ਜੇ ਤੈਨੂੰ ਇਹਦਾ ਇੰਨਾ ਹੀ ਦੁੱਖ ਵਾ ਤਾਂ ਆਪਣੇ ਕੋਲ ਰੱਖ ਲਾਂ ਅਤੇ ਤੂੰ ਰੋ ਰੋਟੀਆਂ ਖਵਾ ਲਾ, ਤੈਨੂੰ ਲੱਗ ਪਤਾ ਜਾਊਗਾ। ਹੈ ਕੀ ਪਹਿਲਾਂ ਤਲੂਣੀ ਜੀ ਇਹਦੀ ਹਿੰਮਤ ਕੀਤਾ ਪਈ ਤੈਨੂੰ ਗੱਲਾਂ ਕਰਨ ਦੀ ਅਤੇ ਨਾਲੇ ਮੈਨੂੰ ਜਾਣੀ ਆ ਨਾ, ਇੱਕ ਤਾਂ ਮੈਂ ਇਹਦੀ ਪੁੱਛ ਕੇ ਹੀ ਆਉਂਦੀ ਪਹਿਲਾਂ, ਅੱਗੇ ਵੀ ਨਹੀਂ ਇੱਕ ਦੋ ਗੱਲ ਤੋਂ ਮੈਂ ਜਾਣ ਦਿੱਤਾ ਵਾ, ਇੱਦਾਂ ਇਹਦਾ ਮੂੰਹ ਪੈ ਜਾਣਾ ਵਾ। ਉਹ ਚਲੋ ਮੰਮੀ ਹੁਣ ਕਿੱਥੇ ਲੜਾਈ ਕਰਦੇ ਫਿਰੋਗੇ, ਉਹਦੇ ਨਾਲ ਦਫਾ ਮਾਰੋ। ਲੜਾਈ ਇਹਨੇ ਸੋਚਿਆ ਕਿ ਸਾਡੀ ਕੁੜੀ ਸਾਡੇ ਕੋਲ ਰਹਿੰਦੀ, ਘਰ ਦੇ ਕੰਮ ਸਾਰੇ ਕਰਦੇ, ਇਹਨੇ ਤਾਂ ਇੱਕ ਸਮਝ ਚੁੱਕਣਾ ਦਿੱਤੀ ਇਹਨੂੰ।
ਚੌੜਿਆ ਕੀਤਾ ਵਾ ਕੋਈ ਕੰਮ ਨੂੰ ਹੱਥ ਨਾ ਲਾਵੇ, ਧੀ ਪੁੱਤ ਨੂੰ ਵਿਗਾੜਨ ਵਾਲੀ ਗੱਲ ਹੁੰਦੀ ਹੈ, ਇਹਨੂੰ ਪੁੱਛਣਾ ਹੀ ਪੈਣਾ ਵਾ। ਨਾਲੇ ਕਹਿੰਦੀ ਸੀ ਨਾ ਵੀ ਤੇਰੀ ਜਗ੍ਹਾ ਤੇ ਮੈਂ ਹੁੰਦੀ ਤੇ ਤਾਰੇ ਵਿਖਾਲਦੀ, ਇਹਨੂੰ ਮੈਂ ਵਿਖਾਲ ਕੇ ਆਉਂਦੀ ਹਾਂ ਤਾਰੇ ਵੀ ਹੁੰਦੇ ਕੀ ਆ, ਨਾਲੇ ਇਹਨੇ ਤੇ ਦੂਰੋਂ ਵਿਖਾਉਣੇ ਸੀ, ਮੈਂ ਤਾਂ ਨੇੜਿਓਂ ਵਿਖਾ ਕੇ ਆਉਂਦੀ ਹਾਂ। ਉਹ ਮੇਰੀ ਗੱਲ ਤੇ ਸੁਣ ਲਓ ਹੁਣ, ਤੂੰ ਰਹਿਣ ਦੇ। ਮੰਮੀ ਨੂੰ ਵੀ ਚੰਗਾ ਇਹਦੇ ਤੇ ਤਪ ਚੜਿਆ, ਮੰਮੀ ਤੇ ਬਣਾਉ ਹੁਣ ਇਹਦੀ ਚੰਗੀ ਤਰ੍ਹਾਂ ਹੀ ਚਟਣੀ। ਹਾਂ ਜੇ ਕਿਤੇ ਫੋਨ ਚੁੱਕ ਲੈਣ ਕਿਤੇ ਦੇ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੜ ਦੋ ਭਾਜੀ ਕਣਕ ਗਰੀਬਾਂ ਦੀ ਵੀ। ਭਾਈ ਕੱਲ ਤੁਹਾਡੇ ਹਰ ਹਾਲਤ ਜੇ ਪਹੁੰਚੇਗਾ ਜਿਹੜੇ ਇੱਧਰ ਦਾ ਇੱਧਰ ਹੋ ਜੇ ਪੱਕਾ ਪ੍ਰੋਮਿਸ ਦੱਸ। ਭਾਜੀ ਪ੍ਰੋਮਿਸ ਤੁਸੀਂ ਰੋਜ਼ ਹੀ ਕਰੀ ਜਾਂਦੇ, ਤੁਹਾਡਾ ਕੱਲ ਹੀ ਨਹੀਂ ਆਉਣ ਡਿਆ। ਆਪਣੀ ਗੱਲ ਮੇਰੀ ਮੇਰੀ ਗੱਲ ਯਾਰ, ਪੂਰੀ ਕੱਲ ਪੱਕਾ ਦੱਸ ਹੋ ਜੂਗਾ ਤੁਹਾਡਾ। ਬਾਹਰ ਪੈਲੀ ਜਾਣ ਨੂੰ ਵੀ ਨੀ ਜੀ ਕਰਦਾ, ਕਣਕ ਦੇਖਦੀ ਆਵਾਜ਼ਾਂ ਮਾਰਦੀ ਵੀ ਵੱਢ ਲਓ ਮੈਨੂੰ ਆਣ ਕੇ, ਹੁਣ ਕਰੀਏ ਕੀ। ਸਵੇਰੇ ਕਿੰਨੇ ਵਜੇ ਆਉਣਾ ਜੀ ਤੁਸੀਂ? ਸਵੇਰੇ ਕਿੰਨੇ ਵਜੇ? ਪਹਿਲੇ ਟਾਈਮ ਆ ਜਾਗੇ ਤੁਹਾਡੇ ਕੋਲ ਤੜਕੇ। ਤੜਕੇ ਕਿਹੜੇ, 4 ਵਜੇ? 4 ਵਜੇ ਆ ਜਾਗੇ। ਹੋਰ ਬਾਈ ਤੁਸੀਂ ਅਸੀਂ ਜਾਣ ਰਹੇ, ਸਾਨੂੰ ਰੋਣਾ ਆਉਂਦਾ ਤੁਹਾਡੇ ਲਾਰੇ ਵੇਖ ਵੇਖ ਕੇ। ਆ ਜਾਗੇ ਭਾਈ, ਟਾਈਮ ਨਾਲ ਜਾਣਾ ਜੀ ਸਵੇਰੇ। ਪੱਕਾ ਜੇ? ਪੱਕਾ ਪੱਕਾ ਭਾਜੀ ਪੱਕਾ। ਚਲੋ ਵੇਖ ਲੈਂਦੇ ਹਾਂ ਵੀ ਦਾਦਾ ਕੱਲ ਵਾਲਾ ਵੀ। ਠੀਕ ਆ ਜੀ, ਕੱਲ ਆ ਜਾਓ। ਵੇ ਸੋਨੂੰ, ਜੀਤਾ ਕਿੱਥੇ ਆ? ਉਹ ਜੀਤਾ ਵੀ ਇੱਥੇ ਹੋਣੀ ਆ। ਤੁਸੀਂ ਮੈਨੂੰ ਇਹ ਦੱਸੋ ਵੀ ਚਾਚੀ ਕਿੱਥੇ ਗਏ ਆ? ਚਾਚੀ ਤੇ ਬਿਆਸ ਗਈ ਆ ਦਵਾਈ ਲੈਣ, ਨਾਲੇ ਉਹਨੇ ਉੱਥੇ ਰਹਿਣਾ ਅਜੇ ਹਫਤਾ, ਉਹਦੀ ਭੈਣ ਜੋ ਆ। ਚਾਚੀ ਨਾਲ ਤੇ ਮੈਂ ਗੱਲ ਕਰਨੀ ਸੀ। ਤੇ ਮੇਰੇ ਨਾਲ ਕਰ ਲੈ। ਕਿਹੜੀ ਗੱਲ ਆ? ਗੱਲ ਕਿਹੜੀ ਇਹੋ ਹੀ ਆ ਵੀ ਕਣਕ ਵਾਲੇ ਨੇ ਕੱਲ ਦਾ ਕਰਾਰ ਕੀਤਾ ਵਾ ਵੀ ਕੱਲ ਨੂੰ ਕਣਕ ਵੱਢ ਦੂੰਗਾ, ਬਾਅਦ ਤੁਸੀਂ ਕਹਿੰਦੇ ਤੇ ਮੈਨੂੰ ਦੱਸਿਆ ਨਹੀਂ ਇਹ ਪਹਿਲਾਂ। ਅੱਛਾ, ਕਣਕ ਵੱਢਣੀ ਕੱਲ ਨੂੰ? ਤੇ ਅੱਜ ਪੁੱਛਣ ਵਾਲੀ ਕਿਹੜੀ ਗੱਲ? ਤੈਨੂੰ ਪਤਾ ਤੇ ਹੈਗਾ ਵਾ ਹਰ ਸਾਲ ਤੂੰ ਹੀ ਵਢਾਉਣਾ ਵਾ, ਤੇਲ ਪਾ ਦਾਂਗੇ ਟਰੈਕਟਰ ਵਿੱਚ, ਵਢਾ ਕੇ ਸੋਟਾ ਹੀ ਮੰਡੀ, ਤੇ ਪਰਚੀ ਲਿਆ ਕੇ ਮੈਨੂੰ ਦੇ ਦੀ ਜਿੰਨੀ ਵੀ ਹੋਊਗੀ। ਉਹ ਤਾਂ ਮੈਂ ਅੱਗੇ ਵੀ ਦੱਸ ਹੀ ਦਿੰਦਾ ਹੁੰਦਾ ਵਾ ਕਿੰਨੀ ਹੋਊਗੀ, ਪਰ ਪੁੱਛਣਾ ਤਾਂ ਫਰਜ਼ ਬਣਦਾ ਹੀ ਹੈ ਨਾ ਵੀ ਵਢਾਉਣੀ ਹੈ ਜਾਂ ਨਹੀਂ ਵਢਾਉਣੀ ਤੁਸੀਂ। ਚੱਲ ਦੱਸ ਦਿੱਤਾ ਨਾ ਹੁਣ ਵਢਾ ਲਈ ਫਿਰ, ਨਾਲੇ ਇਹ ਦੱਸ ਦੇ ਵੀ ਵਢਾਈ ਕਿੰਨੀ ਆ। ਵਢਾਈ ਕਿੰਨੀ ਆ? ਜਿੰਨੀ ਚੱਲਣ ਡਈ ਆ ਉਨੀ ਲੈਣਗੇ, ਬਾਤੇ ਲੈਣ ਲੱਗੇ। ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਓ, ਕੰਬਾਈਨ ਵਾਲੇ ਨਹੀਂ ਤੜਕੇ, ਸਵੇਰੇ ਚਾਹ ਦਾ ਪ੍ਰੋਗਰਾਮ ਮੈਂ ਕਰ ਲੂੰਗਾ, ਚਾਹ ਉਹਨਾਂ ਨੂੰ ਮੈਂ ਪਿਆਲ ਦੇਣੀ ਆ, ਜਦੋਂ ਤੁਹਾਡੀ ਵਾਰੀ ਆਉਣੀ ਆ ਨਾ ਉਦੋਂ ਨੂੰ ਦੁਪਹਿਰਾਂ ਹੋ ਜਾਣੀ ਆ, ਅਤੇ ਰੋਟੀ ਦਾ ਇੰਤਜ਼ਾਮ ਤੁਸੀਂ ਕਰਨਾ ਜੇ। ਚੱਲ ਠੀਕ ਆ, ਖਵਾਲ ਦੂੰਗੀ ਰੋਟੀ ਮੈਂ। ਮਾਰਾਂ ਵਾ ਜੀਤਾਂ ਨੂੰ ਭਾਬੀ? ਉਹ ਰਹਿਣ ਦੇ, ਹੁਣ ਤੂੰ ਕਣਕ ਦਾ ਸੁਨਾਹ ਦੇ ਤਾ, ਮੇਰਾ ਤਾਂ ਭੜੋਲਾ ਵੀ ਬਾਹਰ ਕੱਢਣ ਵਾਲਾ ਵਾ, ਕੁੜੀਆਂ ਨਾਲ ਲੈ ਕੇ ਤੇ ਭੜੋਲਾ ਖਾਲੀ ਕਰਕੇ ਬਾਹਰ ਕੱਢਾਂ। ਤੁਸੀਂ ਤਾਂ ਕੰਮ ਆਏ ਜੀਤਾਂ ਨਾਲ। ਚੱਲ ਕੋਈ ਨਹੀਂ, ਬਾਅਦ 'ਚ ਸਹੀ। ਜੀਤਾਂ ਨੂੰ ਤਾਂ ਮੈਂ ਦੱਸ ਕੇ ਜਾਣਾ ਸੀ ਅਜੇ ਤਾਰੇ ਕਿੱਦਾਂ ਵਿਖਾਲੀ ਦੇ, ਪਰ ਹੁਣ ਕਣਕ ਦਾ ਕੰਮ ਪੈ ਗਿਆ, ਇਹ ਵੀ ਜ਼ਰੂਰੀ ਆ। ਕਣਕ ਸਾਂਭਾ, ਇਹਨੂੰ ਤਾਂ ਬਾਅਦ 'ਚ ਦਾੜ ਥੱਲੇ ਰੱਖ ਲੂੰਗੇ। ਤੇ ਹਾਂ ਮੰਮੀ, ਕੱਢ ਆਈ ਫਿਰ ਪੜਾਸ ਪੂਰੀ? ਨਹੀਂ, ਕਿੱਥੇ ਕੱਢ ਆਈ ਪੜਾਸ, ਪੜਾਸ ਤੇ ਸਾਰੀ ਅੰਦਰੇ ਰਹਿ ਗਈ। ਕਿਉਂ? ਸੋਨੂੰ ਨੇ ਹੋਰ ਸੁਨਾਹ ਦੇ ਦਿੱਤਾ ਵਾ ਵੀ ਸਵੇਰੇ ਮਸ਼ੀਨ ਵਾਲੇ ਨੇ ਆਉਣਾ ਵਾ ਕਣਕ ਵੱਢਣ, ਤੈਨੂੰ ਤਾਂ ਪਤਾ ਹੀ ਆ ਤੇਰੇ ਪਾਪਾ ਇੱਥੇ ਨਹੀਂ ਆ,
ਤੇ ਹਰ ਵਾਰੀ ਕਣਕ ਉਹੀ ਵਢਾ ਕੇ ਮੰਡੀ ਸੁੱਟ ਕੇ ਆਉਂਦਾ ਤੇ ਜੇ ਮੈਂ ਖਰੀਆਂ ਖਰੀਆਂ ਚਾਰ ਜੀਤਾਂ ਨੂੰ ਸੁਣਾਉਂਦੀ ਨਾ ਤੇ ਜੀਤਾਂ ਨੇ ਸੋਨੂੰ ਨੂੰ ਸਿਖਾਲ ਕੇ ਤੇ ਵਟਰਾ ਦੇਣਾ ਸੀ ਤੇ ਮੈਂ ਫਿਰ ਭਰੀ ਪੀਤੀ ਆ ਗਈ ਹਾਂ। ਕੋਈ ਗੱਲ ਨਹੀਂ, ਜੀਤਾਂ ਨੂੰ ਤਾਂ ਮੈਂ ਇੱਕ ਵਾਰੀ ਦਾੜ ਦੇ ਥੱਲੇ ਲਿਆਉਣਾ ਹੀ ਲਿਆਉਣਾ ਵਾਂ। ਕਣਕ ਸਾਂਭਲੀਏ ਪਹਿਲਾਂ, ਉਹ ਤਾਂ ਇਹ ਵੀ ਜ਼ਰੂਰੀ ਆ। ਜੀਤਾਂ ਕਿਹੜੇ ਕਿਤੇ ਭੱਜੀ ਚੱਲੀ ਆ, ਆਜੂਗੀ ਇੱਥੇ ਮੇਰੇ ਦਾ ਕਿਸ ਦਿਨ। ਨਾਲੇ ਪੁੱਤ ਸਿਆਣੇ ਕਹਿੰਦੇ ਆ ਵੀ ਜਦੋਂ ਮਤਲਬ ਹੋਵੇ ਨਾ ਤੇ ਗਧੇ ਨੂੰ ਵੀ ਬਾਪ ਬਣਾ ਲਈਦਾ ਵਾ, ਤੇ ਮੈਂ ਫਿਰ ਉਹ ਕੰਮ ਕਰ ਰਹੀ ਹਾਂ। ਪਹਿਲਾਂ ਕਣਕ ਸਾਂਭ ਲਈਏ ਪੁੱਤ, ਇਹ ਜ਼ਰੂਰੀ ਆ। ਮੈਂ ਤਾਂ ਕਿਹਾ ਬੜੇ ਜੋਸ਼ 'ਚ ਗਏ ਹਾਂ, ਹੋਈ ਹੋ ਗਈ ਉੱਥੇ ਚੰਗੀ ਗੱਲ ਆ ਫਾ ਉਹਦੀ। ਇਹ ਕਿੱਧਰ ਆਈ ਮੈਡਮ? ਆਈ ਤੇ ਵੈਸੇ ਉਹ ਤੇਰੇ ਵੱਲ ਹੀ, ਪਰ ਮੈਂ ਉਹਨੂੰ ਕੋ ਸੁਣਾ ਦਿੱਤਾ ਵੀ ਕੱਲ ਮਸ਼ੀਨ ਆਉਣੀ ਆ, ਆਪਣੀ ਤਿਆਰੀ ਕਰ ਲਿਓ। ਅੱਛਾ, ਆਈ ਤੇ ਕਿਸੇ ਮਾਰਦੀ ਹੋਣੀ ਆ, ਵੱਖਰੀ ਗੱਲ ਆ ਗਿਆ ਕੰਬਾਈਨ ਦਾ ਨਾਂ ਸੁਣ ਕੇ ਤੇ ਚੱਲ ਉਹ ਚੁੱਪ ਕਰ ਗਈ ਵੀ ਕੀ ਗੱਲ ਕਰਨੀ ਆ। ਹਾਂ, ਹੋ ਸਕਦਾ ਕਿ ਕੰਮ ਹੀ ਆਈ ਹੋਵੇ ਤੇਰੇ ਵੱਲ। ਤੇ ਹੋਰ ਫਿਰ ਤੁਸੀਂ ਕਰਤੀ ਹਾਂ ਉਹਨੂੰ? ਅਰੇ ਕਰਨੀ ਫਿਰ ਕੀ ਕਰਨਾ ਸੀ, ਜੇ ਲਾਗੇ ਮਸ਼ੀਨ ਲੱਗੀ ਆ ਇਹਨਾਂ ਦੀ ਛੱਡ ਜਾਂਦੀ ਨਾ ਵੜਦੀ ਤੇ ਫਿਰ ਵੀ ਮਾੜੀ ਗੱਲ ਹੀ। ਬਸ ਠੀਕ ਆ, ਹਰ ਵਾਰੀ ਬਸ ਤੇਲ ਪਾ ਦਿੰਦੀ ਟਰੈਕਟਰ 'ਚ ਤੇ ਆਉਂਦੀ ਆ ਵੀ ਮੇਰੇ ਕੰਮ ਹੀ ਲੱਗੇ ਰਹੋ। ਤੁਸੀਂ ਵੀ ਬਸ ਜਵਾਬ ਨਹੀਂ ਦੇ ਸਕਦੇ, ਉਸੇ ਵੇਲੇ ਹਾਂ ਕਰ ਦਿੰਦੇ ਆ। ਤੁਸੀਂ ਜਵਾਬ ਦਾ ਕੀ ਦੇਣਾ ਹੁਣ, ਜੇ ਆਪਣੀ ਰਹਿ ਜੇ ਤੇ ਫਿਰ ਹੀ ਮਾੜੀ ਗੱਲ, ਉਹ ਆਪਣਿਆਂ 'ਚ ਹੁੰਦੇ ਆ। ਆਪਣਿਆਂ 'ਚ ਉਹ ਨਹੀਂ ਨਾ ਸਮਝਦੀ, ਉਹ ਤਾਂ ਨਿੱਕੀ ਨਿੱਕੀ ਗੱਲ ਦਾ ਹਿਸਾਬ ਲੈਂਦੀ ਆ। ਮੁੜ ਕੇ ਜਦੋਂ ਸਾਰਾ ਹਿਸਾਬ ਕਿਤਾਬ ਹੋ ਜਾਏ ਨਾ ਇੱਥੇ ਪੈਲੀ ਬੰਨੇ ਦਾ, ਫਿਰ ਕੱਲੀ ਕੱਲੀ ਪਰਚੀ 'ਤੇ ਗੱਲ ਪੁੱਛਦੀ, ਕੋਈ ਰੁਪਈਆ ਧੇਲੀ ਦਾ ਲਿਹਾਜ਼ ਨਹੀਂ ਲੈਂਦੀ। ਇੰਨੀ ਕਿਉਂ ਆਪਣੀ ਹੈ ਨਾ। ਚਲੋ ਤਾਂ ਸੁਭਾਅ ਹੀ ਇੱਦਾਂ ਦਾ ਵਾ, ਹੁਣ ਵੀਰ ਬਾਹਰ ਗਿਆ ਵਾ, ਇਹ ਕੰਮ ਮੈਂ ਨਹੀਂ ਕਰਨੇ ਤੇ ਕਿੰਨੇ ਕਰਨੇ ਆ? ਤੇ ਵੀਰ ਬਾਹਰ ਗਿਆ ਵਾ, ਤੁਹਾਨੂੰ ਠੇਕਾ ਥੋੜੀ ਆ, ਤਨਖਾਹ ਵੀ ਤਾਂ ਉਹੀ ਖਾਂਦੇ ਆ ਨਾ। ਬੰਦਾ ਰੱਖ ਲੈਣਾ ਉੱਥੇ, ਜਿਹੜਾ ਕਿਰਾਏ ਤੇ ਰੱਖਣਾ ਵਾ ਤੇ ਆਪੇ ਕਰਦਿਆ ਕਰੂ, ਇਹਨਾਂ ਦੇ ਕੰਮ ਜਿੰਨੇ ਵੀ ਹੈਗੇ ਆ। ਜਮਾਈ ਕਿਤੇ ਕੰਮ ਪੈਂਦਾ ਵਾ, ਕਿਹੜਾ ਰੋਜ਼ ਆਪਾਂ ਕੰਮ ਕਰਨਾ ਵਾ। ਬੰਦਾ ਅਗਲਾ ਵੀ ਚੰਗਾ ਹੋਣਾ ਚਾਹੀਦਾ, ਆਪਣੇ ਵਾਰੀ ਇਹ ਪੂਰੀ ਖਰੀ ਆ, ਲਿਹਾਜ਼ ਨਹੀਂ ਲੈਂਦੀ ਮਾਸਾ ਵੀ ਚੱਲ ਮੇਰੇ ਨਾਲ ਕੰਮ ਕਰਾਉਂਦੇ ਆ ਤੇ ਮੈਂ ਵੀ ਮਾਸਾ ਲਿਹਾਜ਼ ਲੈ ਲਾਂ, ਗੱਲਾਂ ਪੂਰੀਆਂ ਕਰਦੀ ਠੋਕ ਠੋਕ ਕੇ, ਇਹਦਾ ਫਿਰ ਕਿਸੇ ਨੇ ਕੀ ਲਿਹਾਜ਼ ਲੈਣਾ। ਵੇਖਿਓ ਹਾਂ, ਕੱਲ੍ਹ ਬਣਨੀ ਹੈ ਨਾ ਕੰਪੈਨ ਆਉਣੀ ਹੈ ਨਾ, ਤੇ ਉਹਨੂੰ ਕੁੜੀ ਨੂੰ ਵਿਚਾਰੀ ਨੂੰ ਸਕੂਲੇ ਨਹੀਂ ਜਾਣ ਦੇਣਾ ਇਹਨੇ, ਉਹਦੇ ਕੋਲ ਰੋਟੀਆਂ ਪਕਵਾਏਗੀ ਪੱਕਾ, ਵੇਖ ਲਿਓ ਤੁਸੀਂ। ਪੱਕਾ ਕੀ ਵੇਖਣਾ, ਮੈਨੂੰ ਕਿਹੜਾ ਤਾਂ ਭਲੇਖਾ ਵਾ ਕਿ ਇਹੋ ਕੁਝ ਕਰਦੀ ਹੁੰਦੀ ਹੈ। ਤਿੰਨ ਚਾਰ ਸਾਰੇ ਬੰਦੇ ਲੱਗਣੇ, ਇਹ ਥੋੜੀ ਆਖਣਾ ਵੀ ਕਿਤੇ ਮੈਂ ਮਾਸਾ ਮੰਜੀ ਤੋਂ ਹਿੱਲ ਜਾਂ, ਆਪ ਕਿਤੇ ਲੱਸੀ ਨਾ ਹੋ ਜੇ। ਆਹ ਹੁਣੇ ਮੈਂ ਵੇਖਿਆ ਸੀ ਮੂੰਹ 'ਚ ਪੰਡੀਆਂ ਦੋਵੇਂ ਮਾਵਾਂ ਧੀਆਂ ਲੇਪ ਜਿਹਾ ਲਾ ਕੇ ਬੈਠੀਆਂ ਸੀ, ਇਹਨੂੰ ਇੰਨਾ ਨਹੀਂ ਪਤਾ ਵੀ ਵਾਢੀਆਂ ਤੇ ਦੇਣ ਵਾ ਬੰਦਾ 100 ਕੰਮ ਧੰਦਾ ਹੁੰਦਾ ਵਾ, ਤੇ ਆਪਣੀ ਇਹਨਾਂ ਨੂੰ ਸ਼ਕੀਨੀ ਦੀ ਅੱਗ ਲੱਗੀ ਰਹਿੰਦੀ ਆ। ਉਹ ਤੇ ਅੱਗੇ ਮੈਨੂੰ ਕਹਿ ਗਈ ਜਾਂਦੀ ਜਾਂਦੀ ਕਿ ਮੈਂ ਚੱਲਦੀ ਆ ਘਰ ਤੇ ਜਾ ਕੇ ਭੜੋਲਾ ਸਾਫ਼ ਕਰਦੀ ਆ ਦਾਣੇ ਵਾਲਾ। ਇਹਨਾਂ ਭੜੋਲਾ ਸਾਫ਼ ਕੀ ਕਰਨਾ ਵਾ, ਉਹਨੂੰ ਵਿਚਾਰੀ ਗਰੀਬੀ ਨੂੰ ਡਾਇਆ ਹੋਣਾ ਭੜੋਲਾ ਸਾਫ਼ ਕਰਨ। ਇਹ ਕਿਤੇ ਭੁੱਲੀਆਂ ਕੰਮ ਕਰਨ ਵਾਲੀਆਂ, ਉਦਣ ਆਈ ਸੀ ਨਾ ਕੁੜੀ ਨੂੰ ਦੋਖ ਸੁਣਾਈਆਂ ਸੀ ਖਰੀਆਂ ਕੋਟੀਆਂ, ਮੈਂ ਵੀ ਆਪ ਵੇਲੀਆਂ ਮੰਜੀ ਤੇ ਬਹਿ ਰਹਿੰਦੇ ਤੇ ਬੜੀ ਔਖੀ ਹੋਈ, ਮਿਰਚਾਂ ਹੀ ਬੜੀਆਂ ਲੱਗੀਆਂ ਸੀ ਉਹਨੂੰ। ਉਹਨੂੰ ਤਾਂ ਇੱਕ ਨੌਕਰ ਵਾਲੀ ਹਿਸਾਬ ਨਾਲ ਵਰਤਦੇ ਆ, ਕੰਮ ਹੀ ਸਾਰਾ ਉਹਦੇ ਹੱਥੋਂ ਆ ਕਿ ਉਹ ਨਾ ਹੋਏ ਤੇ ਮੇਰੇ ਹਿਸਾਬ ਨਾਲ ਰੋਟੀ ਘਟਾ ਦੇਣੀ ਜਿਹੜੀ ਤਿੰਨ ਡੰਗ ਖਾਂਦੇ ਆ, ਵੀ ਪਕਾਉਣੀ ਨਾ ਪਏ ਸਾਨੂੰ, ਇੱਕ ਟਾਈਮ ਕਰ ਦੇਣ ਰੋਟੀ ਖਾਣੀ। ਸਾਰਾ ਕੰਮ ਹੀ ਉਹਦੇ ਸਿਰ ਤੇ ਸੁੱਟਿਆ ਵਾ, ਘਰ ਦਾ ਵੀ ਕੰਮ ਉਹ ਕਰੇ ਤੇ ਬਾਹਰ ਦਾ ਕੰਮ ਵੀ ਉਹ ਕਰੇ। ਇਹ ਉਹਦੀ ਗਿੱਜੀ ਗਿੱਜੀ ਨਾ ਹੱਡ ਤੇ ਵੀ ਰੋਹ ਪਾਉਂਦੀ ਆ, ਇਧਰ ਆਦਾ ਘਰ ਦੇ ਤੇ ਕੰਮ ਉਹ ਸਾਰੇ ਕਰ ਦਿੰਦੀ ਆ, ਤੇਰੇ ਬਾਹਰ ਦੇ ਕੰਮ ਉਹ ਵੀ ਮੈਂ ਲੋਕਾਂ ਕੋਲ ਕਰਾਉਂਦੀ ਫਿਰਾਂ, ਤੇ ਤਾਂ ਹੀ ਮੈਂ ਤੁਹਾਨੂੰ ਹਮੇਸ਼ਾ ਆਣਨੀ ਆ ਵੀ ਸੋਚ ਸਮਝ ਕੇ ਚੱਲਿਆ ਕਰੋ, ਚੰਗਾ ਜਿੱਦਾਂ ਕੋਈ ਅਗਲਾ ਚੱਲਦਾ ਨਾ ਤੇ ਉਦਾਂ ਹੀ ਆਪ ਵੀ ਚੱਲੋ, ਪਰ ਤੁਸੀਂ ਕਿੱਥੇ ਮੇਰੀ ਸੁਣਦੇ ਹੋ, ਤੁਸੀਂ ਤੇ ਬਸ ਉਹਨਾਂ ਦੇ ਹੋਏ ਮਰ ਗਏ। ਸਿੱਧਾ ਹਿਸਾਬ ਆ, ਤੇਲ ਉਹਨੇ ਪਵਾ ਦੇਣਾ ਵਾ, ਨਾਲ ਲਾ ਕੇ ਕਣਕ ਵਢਾ ਦੇਣੀ ਆ, ਸੁੱਟਣੀ ਆ ਮੰਡੀ, ਬਸ ਸਿੱਧਾ ਹਿਸਾਬ ਆ ਸਾਡਾ। ਆਪਾਂ ਕਿਹੜਾ ਮਰੋ, ਮੈਨੂੰ ਇਹ ਆ ਕੰਮ ਚੰਗੇ ਲੱਗਦੇ ਤੁਹਾਡੇ, ਉਹਨੂੰ ਹਰ ਵਾਰੀ ਜਵਾਬ ਦਿਆ ਕਰੋ, ਉਹਨੂੰ ਪਤਾ ਲੱਗ ਜਾਊਗਾ ਉਹਦਾ ਇਹ ਕੰਮ ਹੁੰਦਾ ਵਾ, ਜਦੋਂ ਫਸਲ ਆਉਣੀ ਉਦੋਂ ਮਿੱਠੀ ਪੈਰੀ ਬਣ ਜਾਣਾ ਤੇ ਬਾਅਦ ਵਿੱਚ ਉਹਨੇ ਲੜਾਈ ਝਗੜਾ ਪਾ ਦੇਣਾ, ਜਾਂ ਤਾਂ ਤੁਹਾਨੂੰ ਭੁਲੇਖਾ ਹੋਏ ਕਿਸੇ ਗੱਲ ਦਾ, ਤਾਂ ਸਾਰੀਆਂ ਗੱਲਾਂ ਦਾ ਪਤਾ ਮੈਨੂੰ ਭੁਲੇਖਾ ਨਹੀਂ ਹੈਗਾ, ਪਰ ਕੀ ਕਰੀਏ ਵੀਰ ਦੇ ਮੂੰਹ ਨੂੰ ਸਭ ਕੁਝ ਕਰਨਾ ਪੈਂਦਾ ਵਾ। ਗੱਲ ਕੱਲੀ ਤੇਲ ਦੀ ਨਹੀਂ ਆ, ਹੁਣ ਤਾਂ ਤੁਹਾਨੂੰ ਡੋਲੀ ਇਹਨੇ ਕਣਕ ਵੱਲੋਂ ਕਹਿਤਾ ਵਾ ਨਾ, ਬਾਅਦ ਵਿੱਚ ਜਦੋਂ ਤੁਸੀਂ ਆਪਣੀ ਤੂੜੀ ਬਣਾਉਣੀ ਆ ਡੋਲੀ ਭੁੱਲੇ ਜੇ ਮੂੰਹ ਨਾ ਕਹਿ ਦੇਣਾ, ਛੋਨੂੰ ਦੋ ਤਰਲੀਆਂ ਮੇਰੀਆਂ ਵੀ ਬਣਾ ਲਈ ਤੇ ਫਿਰ ਕੰਡ ਤੁਸੀਂ ਲੜਾਉਂਦੇ ਰਹਿਣਾ ਵਾ, ਉਹਦੇ ਕਰਕੇ ਤੁਹਾਨੂੰ ਤਨਖਾਹ ਦੇਣੀ ਆ। ਚੱਲ ਛੱਡ ਪਰਾਂ, ਗਵਾਂਢ ਮੱਥੇ ਇਹਨਾਂ ਕਰਨਾ ਪੈਂਦਾ ਵਾ, ਹੁਣ ਉਹਦੇ ਮੂੰਹ ਵੱਲ ਥੋੜਾ ਵੇਖੀ ਜਾਣਾ ਵਾ। ਤੁਸੀਂ ਲਿਆਜ ਲੈ ਲੈਂਦੇ ਹੋ, ਮੈਨੂੰ ਤੇ ਵੱਡੀ ਚੰਗੀ ਨਹੀਂ ਲੱਗਦੀ। ਮੰਮੀ ਆ ਜਾ ਹੁਣ ਸਿਰ ਵਾ ਦੇ ਮੇਰਾ।
ਮੰਮੀ ਆ ਗਈ ਆ ਗਈ ਆ। ਕਿੱਤਾਂ ਰੌਲੀ ਪਾਈ ਆ, ਸਿਰ ਵੀ ਨਹੀਂ ਕਿਤੇ ਆਪਣੇ ਆਪ ਵਾਹ ਸਕਦੀ। ਤੂੰ ਕਿੱਥੇ ਚੱਲੀ ਆ ਹੁਣ? ਤਾਈ ਜੀ ਮੈਂ ਵੀ ਤਾਂ ਸਕੂਲ ਜਾਣਾ ਹੀ ਆ। ਤੂੰ ਰਹਿਣ ਦੇ ਅੱਜ। ਕਿਉਂ, ਕਿਹੜੀ ਗੱਲੋਂ? ਟੈਸਟ ਦੱਸਿਆ ਵਾ ਮੈਡਮ ਨੇ ਤੇ ਅਜੇ ਤੇ ਰਾਤੀ ਤੁਹਾਨੂੰ ਦੱਸਿਆ ਸੀ ਵੀ ਮਸ਼ੀਨ ਆਉਣੀ ਕਣਕ ਵੱਢਣ ਵਾਸਤੇ, ਕਿ ਜਾਂ ਫਿਰ ਲੋਸਮੈਂਟ ਕਰਾਇਆ ਕਰਾਂ ਪਹਿਲਾਂ, ਰੋਟੀ ਪਾਣੀ ਨਹੀਂ ਖਵਾਉਣਾ ਉਹਨਾਂ ਨੂੰ। ਪਰ ਮੈਂ ਤੇ ਰੋਟੀ ਸਾਰੀ ਬਣਾਉਂਦੀ ਆ। ਤੇ ਅਸੀਂ ਖਾਣੀ ਆ, ਉਹਨਾਂ ਨੇ ਵਰਤ ਰੱਖ ਕੇ ਆਉਣਾ ਵਾ। ਰੋਟੀ ਦੇ ਟਾਈਮ ਉਹਨਾਂ ਦੁਪਹਿਰ ਵੇਲੇ ਆਉਣਾ ਸਾਡੇ ਇੱਥੇ, ਤੇ ਰੋਟੀ ਸਾਨੂੰ ਖਵਾਉਣੀ ਪੈਣੀ ਆ। ਤਾਈ ਜੀ ਬੜੀ ਮੁਸ਼ਕਲ ਟੈਸਟ ਯਾਦ ਕੀਤਾ, ਫਿਰ ਮੈਡਮਾਂ ਗੁੱਸੇ ਬੜਾ ਹੁੰਦੀਆਂ ਕਿ ਤੁਸੀਂ ਟੈਸਟ ਦੇਣ ਦੇ ਮਾਰੇ ਆਉਂਦੇ ਨਹੀਂ ਜੇ ਬੱਚੇ। ਤੇ ਤੂੰ ਟੈਸਟ ਹੀ ਦੇ ਲਾ ਪਹਿਲਾਂ, ਜਿਹੜੀ 6 ਮਹੀਨੇ ਖਾਣੀ ਆ ਕਣਕ, ਮੂੰਹਾਂ ਨੂੰ ਛਿੱਕੇ ਲਾ ਲਿਓ। ਮੇਰੀਆਂ ਅੱਗੇ ਬੜੀਆਂ ਛੁੱਟੀਆਂ ਹੋਈਆਂ ਵਾ, ਫਿਰ ਮੈਨੂੰ ਉੱਥੇ ਡੰਡੇ ਖਾਣੇ ਪੈਂਦੇ ਉਹਨਾਂ ਕੋਲੋਂ। ਤੇ ਕੋਈ ਗੱਲ ਨਹੀਂ, ਛੁੱਟੀਆਂ ਹੋਈਆਂ ਵਾ ਤੇ ਡਿਊਟੀ ਤੇ ਨਹੀਂ ਜਾਣਾ ਤੂੰ ਪੜ੍ਹ ਲਿਖ ਕੇ, ਪਤਾ ਮੈਨੂੰ ਕਿੰਨਾ ਕੁ ਪੜ੍ਹਦੀ ਆ। ਕੰਮ ਵਾਰੀ ਹੁਣ ਬਹਾਨੇ ਮਾਰਨ ਡੈ ਪਈ ਆ, ਬੰਦਿਆਂ ਨੂੰ ਰੱਖ ਦੇ ਕੱਪੜੇ ਅੰਦਰ। ਛੁੱਟੀਆਂ ਬੜੀਆਂ ਹੋਈਆਂ, ਕੀ ਕਰਨ ਛੁੱਟੀਆਂ ਕਰਦੀ ਆ? ਆਪਣੇ ਸ਼ੌਂਕ ਨੂੰ ਕਰਦੀ ਰਹਿੰਦੀ, ਅੱਜ ਕੰਮ ਕਿਹਾ ਹੋਇਆ ਤੇ ਤੂੰ ਟੈਸਟ ਸੁਣਾਉਣ ਡੈ ਪਈ ਗਾੜੀ। ਮਾਸਾ ਨੀ ਇਹ ਕੁੜੀ ਨੂੰ ਦਾਣੇ ਫੱਕੇ ਦਾ ਹੈਗਾ, ਲੋਕੀ ਬਾਗਰੂ ਕਹਿ ਕੇ ਕਿਤੇ ਦਾਣਾ ਫੱਕਾ ਪੜੋਨੇ ਚ ਪਾਉਂਦੇ, ਇਹਨਾਂ ਨੂੰ ਰੋਣਾ ਪੈ ਜਾਂਦਾ ਕੰਮ ਦੇ ਨਾਂ ਤੇ। ਜਿੱਦਾਂ ਪਤਾ ਨੀ ਕੀ ਕੰਮ ਇਹਨੇ ਕਿਤੇ ਸਾਂਭਿਆ ਹੁੰਦਾ ਵਾ, ਦੋ ਰੋਟੀਆਂ ਟਲ ਤੇ ਚੜਾਈਆਂ ਵਾ। ਆਪਣੀ ਕੁੜੀ ਨੂੰ ਤੇ ਨਹੀਂ ਨਾ ਛੁੱਟੀ ਕਰਾਉਣੀ, ਉਹਨੂੰ ਤੇ ਬੜਾ ਤਿਆਰ ਕਰਕੇ ਭੇਜਣ ਡਈ ਆ, ਜਿਹਨੂੰ ਚੰਗੀ ਤਰ੍ਹਾਂ ਪੜ੍ਹਨਾ ਵੀ ਨਹੀਂ ਆਉਂਦਾ। ਜਦੋਂ ਮੈਨੂੰ ਕੋਈ ਕੰਮ ਹੁੰਦਾ ਉਦੋਂ ਛੁੱਟੀ ਕਰਾ ਕੇ ਬਿਠਾ ਲੈਣਾ ਹੁੰਦਾ ਵਾ, ਚਿੱਠੀ ਕਹਿ ਲੈ ਜੇ ਬਾਅਦ ਚੋਂ ਜੇ ਮੈਂ ਫੇਲ ਹੋ ਗਈ ਤੇ ਫਿਰ ਆਖਣਾ ਇਹ ਤੈਨੂੰ ਲੈ ਕੇ ਤੇ ਪੜ੍ਹਨਾ ਨਹੀਂ ਆਉਂਦਾ। ਕਿੰਨੀਆਂ ਅੱਗੇ ਮੇਰੀਆਂ ਛੁੱਟੀਆਂ ਹੋਈਆਂ ਵਾ, ਮਸ਼ੀਨ ਵਾਲੇ ਆਉਣੇ ਆ, ਦੱਸ ਰੋਟੀਆਂ ਨਹੀਂ ਲਾ ਕੇ ਖਵਾ ਸਕਦੀ, ਤੂੰ ਇੱਕ ਦਿਨ ਜੇ ਕਰ ਲੇਂਗੀ ਤੇ ਮਰ ਚੱਲੀ ਆ। ਜੇ ਹੁਣ ਇਹਨੇ ਕਹਿ ਤਾ ਤਾਂ ਛੁੱਟੀ ਕਰਨੀ ਪੈਣੀ ਆ, ਕਿੱਥੇ ਇਹਨੇ ਮੈਨੂੰ ਜਾਣ ਦੇਣਾ।